ਵਧਾ ਦਿੰਨੇ ਆ ਉਹਦੇ ਵਾਸਤੇ ਤੁਹਾਨੂੰ ਇੱਕ ਵਾਰੀ ਤਰਨਤਾਰਨ ਜਾਣਾ ਪਊਗਾ ਹਸਪਤਾਲ ਦੇ ਵਿੱਚ ਉੱਥੇ ਤੁਹਾਡੀ ਐਂਟਰੀ ਹੋਊਗੀ ਉਹ ਫਿਰ ਮਿਕਦਾਰ ਤੁਹਾਡੀ ਵਧਾ ਦੇਣਗੇ ਇਸ ਕਰਕੇ ਜਿੰਨੀਆਂ ਗੋਲੀਆਂ ਹੁਣ ਤੁਹਾਨੂੰ ਇਹ ਦਿੰਦੇ ਆ ਖਣੀ ਦੋ ਦੀ ਜਗ੍ਹਾ ਉਹ ਵੀ ਤੇ ਵੱਧ ਲੈ ਲਓ ਇੱਕ ਮਿੰਟ ਸਰ ਜੀ ਇਹਨੂੰ ਤਾਲਾ ਹੀ ਲਵਾ ਦੋ ਹਾਂ ਪੱਕਾ ਦੇ ਨਹੀਂ ਲਾ ਦੇ ਇਹਨੂੰ ਤਾਲਾ ਲਵਾ ਦੋ ਸਾਨੂੰ ਕੋਈ ਤਾਂ ਇੱਕ ਮਿੰਟ ਮੇਰੀ ਇਹਨੂੰ ਬੰਦ ਕਰਾ ਦੋ ਇੱਕ ਸਾਰੀ ਮੇਰੀ ਗੱਲ ਤਾਂ ਸੁਣੋ ਪਹਿਲਾਂ ਇਹਨੂੰ ਬੰਦ ਕਰਾ ਦੋ ਦੋ ਮਿੰਟ ਸੁਣੋ ਦੋ ਮਿੰਟ ਸਰ ਜੀ ਜੇ ਨਾ ਮਿਲੂ ਤਾਂ ਫਿਰ ਕੋਈ ਨਹੀਂ ਕੋਈ ਵਧੀਆ ਗੱਲ ਕਰ ਰਹੇ ਬੰਦ ਕਰ ਲੈ ਯਾਰ ਤੂੰ ਆ ਬੰਦ ਕੋਈ ਨਹੀਂ ਸੁਣ ਲੋ ਪਹਿਲਾਂ ਗੱਲ ਸੁਣ ਲੈ ਗੱਲ ਸੁਣ ਲੈ ਇਹ ਮੇਰੀ ਗੱਲ ਸੁਣੋ ਵੀ ਆਪਾਂ ਤੇ ਤੁਹਾਨੂੰ ਦਵਾਈ ਬਣਾ ਕੇ ਦੇਣੀ ਨਹੀਂ ਬਿਲਕੁਲ ਜੀ ਵਧੀਆ ਜੀ ਵਧੀਆ ਦੀ ਆਉਣੀ ਪਿੱਛੋਂ ਤੇ ਪਿੱਛੋਂ ਆਣ ਕੇ ਹਸਪੀਟਲ ਤੇ ਆਉਣੀ ਆ ਤੇ ਉਹਨਾਂ ਤੁਹਾਨੂੰ ਗਾਂ ਦੇਣੀ ਆ ਬਿਲਕੁਲ ਜੀ ਬਿਲਕੁਲ ਸਾਰੀ ਗੱਲਬਾਤ ਉਹਨਾਂ ਨੂੰ ਪੁੱਛ ਕੇ ਡਾਕਟਰ ਇੱਕ ਤੇ ਹੈਗਾ ਸੀ ਜਸਪ੍ਰੀਤ ਜਿਹੜਾ ਇੱਥੇ ਇੰਚਾਰਜ ਲੱਗਾ ਉਹਦੇ ਨਾਲ ਵੀ ਗੱਲ ਕੀਤੀ ਫੋਨ ਤੇ ਠੀਕ ਹੈ ਜੀ ਉਹ ਅੱਜ ਛੁੱਟੀ ਤੇ ਆ ਤੇ ਉਹਦੇ ਨਾਲ ਵੀ ਗੱਲ ਕੀਤੀ ਇਦੋਂ ਬਾਅਦ ਚ ਮੈਂ ਗੱਲ ਕੀਤੀ ਆ ਡਾਕਟਰ ਈਸ਼ਾ ਧਵਨ ਇੱਕ ਠੀਕ ਹੈ ਜੀ ਆਪਾਂ ਹੈ ਗਏ ਈਸ਼ਾ ਧਵਨ ਹੈਗੀ ਤਰਨਤਾਰਨ ਬਿਲਕੁਲ ਜੀ ਮੈਂ ਫੋਨ ਤੇ ਗੱਲ ਕੀਤੀ ਮੈਂ ਜੀ ਇਦਾਂ ਕਰਕੇ ਨਾ ਜਿਹੜੇ ਬੰਦੇ ਆ ਉਹ ਥੋੜਾ ਜਿਹਾ ਹੈਪਜੁਲ ਹੋ ਚੁੱਕੇ ਆ ਉਹ ਤੋਂ ਬਿਨਾ ਚੱਲ ਨਹੀਂ ਸਕਦੇ ਤੇ ਉਹਨੇ ਮੈਨੂੰ ਇਹ ਕਿਹਾ ਵੀ ਇਹ ਦਵਾਈ ਜਿਹੜੀ ਹੈ ਨਾ ਚਿੱਟੀ ਉਹ ਹੁਣ ਨਹੀਂ ਗਈ ਅਜੇ ਆਉਣੀ ਮਹੀਨਾ ਵੀ ਲੱਗ ਸਕਦਾ 10 ਦਿਨ ਲੱਗ ਸਕਦੇ 5 ਦਿਨ ਲੱਗ ਸਕਦੇ ਆ ਬਿਲਕੁਲ ਜਿਹੜੀ ਛੋਟੀ ਦਵਾਈ ਆ ਉਹ ਮੈਂ ਵਧਾ ਸਕਦੀ ਆ ਇਹ ਮੇਰੇ ਕੋਲ ਆਣ ਕੇ ਇੱਥੇ ਐਂਟਰੀ ਪਵਾ ਲੈਣ ਬਿਲਕੁਲ ਜੀ ਬਿਲਕੁਲ ਤੇ ਬਾਕੀ ਰਹੀ ਗੱਲ ਇਹ ਵੀ ਨਸ਼ੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਡਿਆ ਵਾਂ ਵੀ ਨਸ਼ੇ ਵਾਸਤੇ ਧਰਨਾ ਦੇਣਾ ਜਿਹੜਾ ਐਡੀ ਵਧੀਆ ਗੱਲ ਨਹੀਂ ਹੈਗੀ ਤੇ ਨੰਬਰ 2 ਆਪਾਂ ਤੇ ਨਸ਼ੇ ਦੇ ਵਾਸਤੇ ਆਪਾਂ ਐਡਿਕਟ ਹੋਏ ਹੀ ਆ ਤੇ ਲੋਕਾਂ ਨੂੰ ਪਰੇਸ਼ਾਨੀ ਵੀ ਕਾਹਨੂੰ ਕਰਨੀ ਆ ਥੋੜਾ ਜਿਹਾ ਯਾਰ ਇਹ ਵੇਖ ਸਰ ਜੀ ਸਾਡੀ ਬੇਨਤੀ ਆ ਸਰ ਬੰਦ ਕਰਾ ਦਿਓ ਸਾਨੂੰ ਘਰੋਂ ਚੁੱਕ ਕੇ ਲਿਆ ਲਿਆ ਹਰਾ ਸਾਰਾ ਕੁਝ ਸਾਨੂੰ ਚੁੱਕ ਕੇ ਜਾਂਦਾ ਨਾ ਬਾਹਰ ਵਿਗੀ ਹੋ ਬਾਹਰ ਬਾਹਰ ਵਿਗੀ ਜਾਂਦੀਆਂ ਗੋਲੀਆਂ ਬਾਹਰ ਬਾਹਰ ਗਿਆ ਬਾਹਰ ਬਾਹਰ ਕਿਉਂ ਵਿਗਦੀ ਆ ਬਾਹਰ ਪ੍ਰਾਈਵੇਟ ਵਿਗੀ ਜਾਂਦੀ ਆ ਇੱਕ ਮਿੰਟ ਸਾਰਾ ਹੀ ਗੱਲ ਕਰਨਾ ਚਾਹੁੰਦੇ ਇੱਕ ਇਧਰ ਆਓ ਆ ਰੋ ਉਹ 300 ਦਾ ਪੱਤਾ ਬਾਹਰ ਦੇ ਜਾਂਦੇ ਆ ਪਤਾ ਇੱਕ ਇੱਕ ਮਿੰਟ ਉਹ ਇਹ ਹੋਇਆ ਕੀ ਆ सब तो पहली गल सानू अहीं उत्थे नहीं गए उस तो बाद एक एक दिन शुरू करती है आउणगे अहीं फिर एक एक ना टाइम पास करते रहे ਇਹਨਾਂ ਬਿਲਕੁਲ ਬੰਦ ਕਰਤੀ ਇਹੀ ਦਵਾਈ ਡਾਕਟਰ ਜਸਪ੍ਰੀਤ ਕੋਲ ਜਿਹੜਾ ਠੇਕਾ ਉਹ ਉੱਥੇ ਲੈ ਗਿਆ ਤੇ ਸਾਨੂੰ ਮੁੱਲ ਦਿੱਤੀ ਜਾ ਰਹੀ ਫਿਰ ਉੱਥੇ ਜਾਂਦਾ ਉੱਥੇ ਵਾਧੂ ਮਿਲਦੀ ਆ ਇੱਕ ਮਿੰਟ ਗੱਲ ਸੁਣੋ ਗੱਲ ਸੁਣ ਸਾਹਿਬ ਜਿਹੜੇ ਆਏ ਉਮਰ ਦੇ ਬੰਦੇ ਆ ਜਾਂ ਆਏ ਉਮਰ ਦੇ ਬੰਦੇ ਪਹਿਲੋਂ ਘਿਓ ਖਾਂਦੇ ਹੁੰਦੇ ਸੀ ਹਾਂਜੀ ਆ ਹੁਣ ਯਾਰ ਨਵਾਂ ਹੀ ਕੰਮ ਗੋਲੀਆਂ ਖਾਣੀਆਂ ਚ ਉਹ ਸਾਡੀ ਝਾੜੀ ਵੀ ਟੁੱਟ ਜਾਂਦੀ ਮੇਰੇ ਹਿਸਾਬ ਦੇ ਨਾਲ 9 ਵਜੇ ਤੱਕ ਦੋਹੇ ਟੁੱਟ ਜਾਂਦੇ ਸਾਡੀ ਕਿਉਂ ਲਿਆਈਏ ਕਿੱਥੋਂ ਸਾਡੀ ਕਿਉਂ ਲਿਆਉਂਦੇ ਪੈਸੇ ਨਹੀਂ ਹੈਗੇ मैं रणवीर सिंह किसान मजदूर संघर्ष कमेटी का मैं जरा जूस का प्रधान सब तो पहला तो यह सेंटर सरकार का महकमा है दवाई आती है आके सानू पहला तो आईडिया बनाई गई है नशा चाहते हैं नशे के थ्रू सानू जरा नॉर्थ नहीं दी जा रही है ये जो कि जिंदी लत आज तो इतने कई वीर बैठे इन्होंने पांच पांच साल हो गए खांद्या लत लग चुकी है वह इन्होंने की किया कि हूँ आपके प्राइवेट सेंटर खोल के ਜਿਹੜੀ ਇਹ ਸਾਡੀ ਮੈਡੀਸਨ ਸਾਡੇ ਹਿੱਸੇ ਦੀ ਆ ਰਹੀ ਹੈ ਬਸ ਕਰ ਜਾ ਬੜੀ ਬਣ ਗਈ ਠੀਕ ਹੈ ਜੀ ਜੀ ਬੰਦ ਹੀ ਨਹੀਂ ਲੈ ਕੇ ਜਾ ਰਹੇ ਆ ਬੰਦ ਹੁਣ ਕੀ ਕਰੀਏ ਜੀ ਮਜਬੂਰੀ ਬਣੀ ਪਈ ਆ ਬੰਦ ਫਿਰ ਕਰਕੇ ਦੇ ਮੁੱਲ ਲਾਓ ਤੇ ਇਥੋਂ ਨਹੀਂ ਰੋਣੀ ਸਾਡੀ ਜਿਹੜੀ ਮੈਡੀਸਨ ਆ ਜਿਹੜਾ ਹੁਣ ਆਇਆ ਛੱਡੀ ਕੇ ਵੀ ਹੁਣ ਜਿੱਦਾਂ ਜਿਹੜੀ ਮੁੰਡਿਆਂ ਨੂੰ ਲੱਗ ਚੁੱਕੀ ਆ ਉਹ ਨੰਬਰ ਇਹ ਜਿਹੜਾ ਤਰਨਤਾਰਨ ਜ਼ਿਲ੍ਹੇ ਦਾ ਸਭ ਤੋਂ ਮੇਨ ਹਸਪੀਟਲ ਆ ਇੱਥੇ ਜਿਹੜੇ ਸਾਰੇ ਆਫਿਸ ਬਣੇ ਹੋਏ ਆ ਜਿਹੜੀ ਪਰਚੀ ਬਣਨੀ ਆ ਉਹ ਇੱਥੇ ਬਣਨੀ ਆ ਜਿਹੜੀ ਮੈਡਮ ਈਸ਼ਾ ਧਵਨ ਬੈਠੀ ਅਸੀਂ ਮੰਗ ਕਰਦੇ ਹਾਂ ਹਰ ਰੋਜ਼ ਡੇਲੀ ਆ ਕੇ ਇੱਥੇ ਆਪਣੇ ਆਫਿਸ 'ਚ ਬੈਠੀ
लिखती हो गई बस हूं एस एस पी ने विश्वास लाया बाकी कोई नहीं चलते डटे हैं जी डटे हैं ठेके खोले पट्टी मतलब सुरजीत सिंह पट्टी का छब्बी छे कुंजा ठीक है जी प्रधान साहब है जी बहुत वधिया की इत्थे सवेर दा धरना लगा है वीर जी ते बहुत वधिया गल कीती असी इन्हां दे सहमत आ गल नाल क्योंकि जिन्नियां मौतां हो रहियां भी इस वीर दे नाल असी खड़ांगे जी ते बाकी वीर जी थोड़े जिहे दो आपां दे शुगर तों बगैर होर कोई आपां नूं रोग नहीं हैगा बिल जी केड़ा इलाका जी कित्थों आपां मेरा मैं जिला प्रधान पंजाब प्रधान आ मेरा जिला प्रधान इत्थे गुरपिंदर सिंह पट्टी दा सुरजीत सिंह आ उहदा हस्पताल दे सामने मेडिकल स्टोर आ बजरंग खेती हो रही मतरी दा बिलकुल जी बिलकुल कहिंदे नशेड़ी कर दोगे अहीं इन्हां नूं जवाब दिता वा भी हलवाई बर्फी नहीं खाता आप बिलकुल जो खासखास की खेती होगी तो अहीं इहनूं खाणा नहीं गा तूड़ी वांगू साडे अंदर भरे रहने हुण गुड़ कितना खाने बिलकुल जी बिलकुल अपने घर बिलकुल खराब लोगों के घर उही गल ना मैनूं पता ही नहीं मैं देखिया नाल दी रोज लंघदा नहीं कदी पीती नहीं मन भर जाना मैं ये भी आधार फल फ्रूट बच्चा दसदा जो वाधू हो जाते खाते नहीं बिलकुल अज का मसला तो देखो प्रधान है उन्होंने डिस्कस कर लो जो भी कर लो ठीक है वीर जी ये सारे ताडे नाल आ वीर जिले भी बिलकुल क्योंकि ये भरा ना असि हुण दो विचार वटांदरे करदे आ की गलबात है जी सारी गलबात ठीक है जी धन्यवाद वीडियो शेयर जरूर करिया जे क्योंकि ये इहना नशा ही नहीं जी काहे दा हुंदा हुंदा बिलकुल जी बिलकुल अज नशा ना मिलने करके गोलियां इन्हां वीरां ने धरना लाया जी बिलकुल जी बिलकुल जी बड़ा मंदे हालात ने अच्छा जी ठीक है जी बिलकुल जी बिलकुल।